ਅੱਜ ਦੇ ਇਸ ਖਾਸ ਦਿਹਾੜੇ ਯਾਨੀ ਅਧਿਆਪਕ ਦਿਵਸ ਦੇ ਮੌਕੇ ਤੇ ਦੂਰਦਰਸ਼ਨ ਚੰਡੀਗੜ੍ਹ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਅਵਰਿੰਦਰ ਕੌਰ ਹਾਜ਼ਰ ਹਾਂ ਅਸੀਂ ਜਦੋਂ ਵੀ ਆਪਣੇ ਘਰ ਦਾ ਮਕਾਨ ਬਣਾਉਣਾ ਹੁੰਦਾ ਹੈ ਤੇ ਸਭ ਤੋਂ ਵੱਧ ਸਾਡਾ ਜ਼ੋਰ ਹੁੰਦਾ ਹੈ ਕਿ ਘਰ ਦੀਆਂ ਨੀਹਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਮਜ਼ਬੂਤ ਹੋਣ ਚੰਗਾ ਸਮਾਨ ਵਰਤਿਆ ਜਾਵੇ ਬਿਕਾਜ਼ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਘਰ ਜਿਹੜੀ ਛੱਤ ਅਸੀਂ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਬਣਾ ਲਈ ਇਹ ਦੁਬਾਰਾ ਬਣਾਉਣ ਦਾ ਮੌਕਾ ਸ਼ਾਇਦ ਜ਼ਿੰਦਗੀ 'ਚ ਨਾ ਮਿਲੇ ਇਸੇ ਤਰ੍ਹਾਂ ਇਕ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ ਸਮਾਜ ਦੀ ਉਹ ਨੀਂਹ ਨੂੰ ਪੱਕਾ ਕਰਨ ਦੇ ਲਈ ਜੇਕਰ ਸਭ ਤੋਂ ਵੱਡਾ ਯੋਗਦਾਨ ਕਿਸੇ ਦਾ ਮੰਨਿਆ ਜਾਂਦਾ ਹੈ ਤਾਂ ਉਹ ਹੁੰਦਾ ਹੈ ਅਧਿਆਪਕਾਂ ਦਾ ਮੈਂ ਗੱਲ ਕਰ ਰਹੀਆਂ ਸਾਡੇ ਸਮਾਜ ਦੇ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੂੰ ਅਸੀਂ ਬੜੇ ਹੀ ਉਤਸ਼ਾਹ ਨਾਲ ਵੱਡਾ ਕਰਦੇ ਹਾਂ ਬੜੇ ਹੀ ਉਤਸ਼ਾਹ ਨਾਲ ਪੜ੍ਹਾਉਂਦੇ ਹਾਂ ਔਰ ਅਸੀਂ ਸੋਚਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਸੁਪਨਾ ਉਹਨਾਂ ਨੇ ਦੇਖਿਆ ਉਸ ਨੂੰ ਉਹ ਸਾਕਾਰ ਕਰਨ ਖਾਸ ਤੌਰ ਤੇ ਜਦੋਂ ਉਹ ਸੁਪਨਾ ਕਿਸੇ ਹੋਰ ਦੇ ਹੱਥ ਵਿੱਚ ਹੋਵੇ ਪੂਰਾ ਕਰਨਾ ਤਾਂ ਫਿਰ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਚੰਗਾ ਸ਼ਖਸ ਚੰਗੀ ਗਾਈਡੈਂਸ ਜਿਹੜੀ ਆ ਉਹ ਦਿੱਤੀ ਜਾਵੇ ਚੰਗਾ ਅਧਿਆਪਕ ਲੱਭਿਆ ਜਾਵੇ ਸੋ ਇਸੇ ਕਰਕੇ ਹੀ ਅੱਜ ਦਾ ਦਿਨ ਜਿਹੜਾ ਆ 5 ਸਤੰਬਰ ਦਾ ਉਹ ਮਨਾਇਆ ਜਾਂਦਾ ਹੈ 5 ਸਤੰਬਰ ਟੀਚਰਸ ਡੇ ਹੈ ਅਸੀਂ ਸਾਰੇ ਜਾਣਦੇ ਹਾਂ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਬਿਕਾਜ਼ ਕੋਵਿਡ ਤੋਂ ਬਾਅਦ ਬਹੁਤ ਸਾਰਾ ਕੁਝ ਜਿਹੜਾ ਹੈ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਬਦਲ ਗਿਆ ਅਸੀਂ ਤਕਨੀਕੀ ਤੌਰ ਤੇ ਮਜ਼ਬੂਤ ਵੀ ਹੋਏ ਹਾਂ ਸਾਨੂੰ ਆਪਣੀਆਂ ਕਮਜ਼ੋਰੀਆਂ ਵੀ ਪਤਾ ਲੱਗੀਆਂ ਨੇ ਪਰ ਗਰਾਊਂਡ ਲੈਵਲ ਤੇ ਰਿਐਲਿਟੀ ਕਿਸ ਤਰ੍ਹਾਂ ਦੀ ਹੈ ਟੀਚਰਸ ਤੇ ਸਟੂਡੈਂਟਸ ਦਾ ਰਿਲੇਸ਼ਨ ਜਿਹੜਾ ਕਿੰਨਾ ਸਟਰੋਂਗ ਹੋ ਪਾਇਆ ਸਾਡੀ ਪੜ੍ਹਾਈ ਕਿਸ ਹੱਦ ਤੱਕ ਬਦਲੀ ਐ ਅਸੀਂ ਕਿੰਨਾ ਕਿਸ ਬਦਲਾਵ ਤੇ ਨਾਲ ਚੱਲ ਪਾ ਰਿਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਨੇ ਮੈਡਮ ਸੀਵਾ ਕੁੰਵਰ ਜੀ ਜੋ ਕਿ ਐਚਓਡੀ ਨੇ ਸੰਸਕ੍ਰਿਤ ਡਿਪਾਰਟਮੈਂਟ ਮਿਹਰਚੰਦ ਮਹਾਜਨ ਡੀਵੀ ਕਾਲਜ ਚੰਡੀਗੜ੍ਹ ਤੋਂ ਤੇ ਨਾਲ ਨੇ ਮੈਡਮ ਲਵਲੀਨ ਕੌਰ ਜੀ ਜੋ ਕਿ ਗਵਰਨਮੈਂਟ ਮਾਡਲ ਸੀਨੀਅਰ ਸਕੂਲ ਸੈਕਟਰ 40 ਤੋਂ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਦੋਨਾਂ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਆ ਮੈਮ ਸੀਮਾ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਹੀ ਜਾਨਣਾ ਚਾਹਾਂਗੀ ਕਿ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਟੀਚਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ 2 ਸਾਲ ਤੋਂ ਅਸੀਂ ਕੋਰੋਨਾ ਦੇ ਨਾਲ ਜੂਝ ਰਹੇ ਹਾਂ ਬਹੁਤ ਕੁਝ ਬਦਲੇ ਆਇਆ ਤੁਹਾਡਾ ਟੀਚਰਸ ਡੇ ਨੂੰ ਲੈ ਕੇ ਔਰ ਖਾਸ ਤੌਰ ਤੇ ਅੱਜ ਦੇ ਸਿਸਟਮ ਨੂੰ ਲੈ ਕੇ ਕੀ ਕਹਿਣਾ ਹੈ ਦੇਖੋ ਜਿੱਦਾਂ ਦਾ ਹਾਲਾਤ ਹੋਣ ਸਾਨੂੰ ਉਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਉਹਨੇ ਬਹੁਤ ਵੱਡੀ ਆਪਦਾ ਸਾਡੇ ਸਾਹਮਣੇ ਆਈ ਤੇ ਉਸ ਸਮੇਂ ਸਾਨੂੰ ਟੈਕਨੋਲੋਜੀ ਨੇ ਬਹੁਤ ਵੱਡਾ ਸਾਥ ਦਿੱਤਾ ਜੀ ਟੈਕਨੋਲੋਜੀ ਦਾ ਕਾਫੀ ਯੋਗਦਾਨ ਰਿਹਾ ਹੈ ਤਾਂ ਜਿਸ ਕਰਕੇ ਅਸੀਂ ਬੱਚਿਆਂ ਤੱਕ ਪਹੁੰਚ ਸਕੇ ਹਾਂ ਹਾਂ ਇੰਨਾ ਜ਼ਰੂਰ ਹੈ ਕਿ 100% ਅਸੀਂ ਉਦੋਂ ਹੀ ਬੱਚਿਆਂ ਤੱਕ ਪਹੁੰਚ ਪਾਉਂਦੇ ਹਾਂ ਜਦੋਂ ਅਸੀਂ ਬੱਚਿਆਂ ਨਾਲ ਰੂਬਰੂ ਹੋ ਕੇ ਉਹਨਾਂ ਨੂੰ ਅਮਲੇ ਸਾਹਮਣੇ ਪੜ੍ਹਾਉਂਦੇ ਹਾਂ ਕਿਉਂਕਿ ਜਦੋਂ ਅਸੀਂ ਟੈਕਨੋਲੋਜੀ ਦੇ ਨਾਲ ਔਨਲਾਈਨ ਟੀਚਿੰਗ ਕੀਤੀ ਜਾ ਰਹੀ ਹੈ ਤੋ ਉਹ ਨਹੀਂ ਇੰਟਰਐਕਟਿਵ ਨਹੀਂ ਹੋ ਸਕਦੀ ਪਰ ਫਿਰ ਵੀ ਅਸੀਂ ਬੱਚਿਆਂ ਨੂੰ ਬਹੁਤ ਕੁਝ ਸਿਖਾਣ ਚ ਸਫਲ ਰਹੇ ਆ ਅਸ ਮੈਂ ਮੇਰ ਚੰਦ ਮਹਾਜਨ ਡੀਏਵੀ ਕਾਲਜ ਤੋਂ ਆ ਤੇ ਅਸੀਂ ਨੇ ਕੋਰੋਨਾ ਪੀਰੀਅਡ ਦੇ ਵਿੱਚ ਸਿਰਫ ਕੱਲੀ ਪੜਾਈ ਨਹੀਂ ਕਰਾਈ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਗਤੀਵਿਧੀਆਂ ਦੇ ਵਿੱਚ ਵੀ ਲਗਾ ਕੇ ਰੱਖਿਆ ਤੇ ਨਿਊ ਐਜੂ ਕ੍ਰੇਸ਼ਨ ਪਾਲਿਸੀ ਦੇ ਤਾਹਤ ਅਸੀਂ ਕੈਰੈਕਟਰ ਬਿਲਡਿੰਗ ਕਮੇਟੀ ਦਾ ਨਿਰਮਾਣ ਕੀਤਾ ਕੈਰੈਕਟਰ ਬਿਲਡਿੰਗ ਕਮੇਟੀ ਦਾ ਮੇਨ ਲਕਸ਼ਣ ਇਹ ਲਕਸ਼ਯ ਇਹ ਹੀ ਸੀਗਾ ਕਿ ਬੱਚਿਆਂ ਦਾ ਸਰਵੰਗਿੰਨ ਵਿਕਾਸ ਕਰਨਾ ਬੱਚਿਆਂ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਤੇ ਮੇਨ ਇਹ ਹੀ ਸੀ ਕਿ ਬੱਚੇ ਜਿਹੜੇ ਐ ਉਹ ਗਤੀਵਿਧੀਆਂ ਚ ਵੱਢ ਚੜ ਕੇ ਭਾਗ ਲੈਣ ਆਪਣੇ ਭਾਵਾਂ ਤੇ ਆਪਣੇ ਵਿਚਾਰਾਂ ਨੂੰ ਉਜਾਗਰ ਕਰਨ ਟੈਕਨੋਲੋਜੀ ਦਾ ਫੁੱਲ ਯੂਜ਼ ਕਰਨ ਤਾਂ ਚਰਿੱਤਰ ਨਿਰਮਾਣ ਕਮੇਟੀ ਨੇ ਹਰ ਉਸ ਐਕਟੀਵਿਟੀ ਨੂੰ ਕਰਾਇਆ ਜਿਸ ਤੋਂ ਪ੍ਰੇਰਨਾ ਮਿਲਦੀ ਹੈ ਬੱਚਿਆਂ ਨੂੰ ਤੇ ਬੱਚਿਆਂ ਨੇ ਉੱਥੇ ਉਹਦੇ ਵਿੱਚ ਖੁਦ ਹੀ ਫਲਾਇਰ ਬਣਾਏ ਖੁਦ ਹੀ ਸੰਦੇਸ਼ ਦਿੱਤੇ ਔਰ ਭੜ ਚੜ ਕੇ ਇੰ ਰਾਸ਼ਟਰੀ ਲੈਵਲ ਤੇ ਵੀ ਹੋਏ ਐ ਅੰਤਰਰਾਸ਼ਟਰੀ ਲੈਵਲ ਦੀਆਂ ਗਤੀਵਿਧੀਆਂ ਵੀ ਹੋਈਆਂ ਮੈਨੂੰ ਇਸ ਇਸ ਕੈਰੈਕਟਰ ਬਿਲਡਿੰਗ ਨੂੰ ਕਰਾਉਂਦੇ ਹੋਏ ਉਹ ਦੋਹਾ ਬਾਰ-ਬਾਰ ਯਾਦ ਆਂਦਾ ਸੀ ਜੀ ਕਿ ਗੁਰੂ কুমਹਾਰ ਸ਼ਿਸ਼ ਕੁੰਭ ਹੈ ਗੜੀ ਗੜੀ ਕਾਟੇ ਖੋਟ ਅੰਤਰ ਹੱਥ ਸਹਾਰੀਏ ਬਾਹਰ ਬਾਹੇ ਝੋਟ ਜੀ ਲਵੀ ਮੈਮ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਟੀਚਰ ਸਟੇ ਦੀ ਫਸਟ ਆਫ ਆਲ ਤੇ ਤੁਹਾਡੇ ਵੱਲੋਂ ਕੀ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਇਸ ਵਾਰ ਦੇ ਟੀਚਰ ਸਟੇ ਦੇ ਲਈ ਇਸ ਵਾਰ ਬੱਚੇ ਤਾਂ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਆ ਟੀਚਰ ਸਟੇ ਵਿੱਚ ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਕਿ ਸਾਡੇ ਟੀਚਰ ਜੀ ਲੇਡੀ ਟੀਚਰ ਨੂੰ ਤਾਂ ਮਦਰ ਵਾਂਗੂ ਹੀ ਉਹ ਸਮਝਦੀ ਹੈ ਕਿ ਬਹੁਤ ਸ਼ੌਂਕ ਹੁੰਦਾ ਉਹਨਾਂ ਨੂੰ ਬੜੀ ਡੈਕੋਰੇਸ਼ਨ ਕਰਦੇ ਪਰ ਹੁਣ ਆਨਲਾਈਨ ਕਰਕੇ ਥੋੜਾ ਜਿਆ ਕੀ ਬੱਚੇ ਅਸੀਂ ਆਨਲਾਈਨ ਫੰਕਸ਼ਨ ਕਰਦੇ ਹਾਂ ਹਮ ਹਮ ਜਿੱਦਾਂ ਸਤੰਤਾ ਦਿਵਸ ਸੀ ਆਪਣਾ ਆਜ਼ਾਦੀ ਦਾ ਦਿਹਾੜਾ ਉਹ ਅਸੀਂ ਆਨਲਾਈਨ ਮਨਾਇਆ ਤੇ ਅਸੀਂ ਆਨਲਾਈਨ ਫੰਕਸ਼ਨ ਮਨਾਉਨੇ ਆ ਜੀ 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 ਤੇ ਇਨਵੋਲਵਮੈਂਟ ਜਿਹੜੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਸਾਡਾ ਆਈ ਕੰਟੈਕਟ ਜਿਹੜਾ ਬੇਸ਼ੱਕ ਘਟ ਹੁੰਦਾ ਆ ਤੇ ਉਹਨੀ ਇਨਵੋਲਵਮੈਂਟ ਕੀ ਬੱਚਿਆਂ ਵੱਲੋਂ ਹੁੰਦੀ ਹੈ ਆਨਲਾਈਨ ਦੇ ਵਿੱਚ ਦੇਖੋ ਆਨਲਾਈਨ 'ਚ ਬੱਚਿਆਂ ਵੱਲੋਂ ਇਨਵੋਲਵਮੈਂਟ ਇਸ ਤਰ੍ਹਾਂ ਉਹ कैमरा बंद कर दे हम असन विश्वास तो ही है ठीक <laughs> है बच्चे इम्तिहान दे रहे हैं <laughs> वह भी पूरा विश्वास तो ही है इसलिए मतलब इंटरैक्टिव होने कमी है <laughs> पर बाकी ये है कि असी ने मतलब जड़ी शि सिक्ख्या देनी है पूरी कोशिश की है कि बच्चों तक हंड्रड परसेंट जाए <laughs> लेकिन पूरा इंतजार है कि जल्दी तो जल्दी आपदा खत्म होए तो बच्चे ਵੀ ਕਾਲਜ ਚ ਆਣ ਜੀ 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 ਔਰ ਬੱਚੇ ਵੀ ਜਿਹੜੇ ਹੁਣ ਥੋੜੇ ਦਿਨਾਂ ਤੋਂ ਸ਼ੁਰੂ ਹੋ ਗਏ ਆ ਬੱਚੇ ਆਣ ਲੱਗੇ ਆ ਜੀ ਕੁਝ ਬੱਚੇ ਔਨਲਾਈਨ ਹੈ ਤੇ ਕੁਝ ਬੱਚੇ ਆਫਲਾਈਨ ਹੈ ਤੇ ਬੱਚੇ ਜਿਹੜੇ ਆ ਕੇ ਪੜ ਰਹੇ ਆ ਉਹਨਾਂ ਦਾ ਬਹੁਤ ਹੈ ਕਿ ਅਸੀਂ ਮੈਮ ਐਕਟੀਵਿਟੀਆਂ ਜਿਹੜੀਆਂ ਆ ਆਫਲਾਈਨ ਕਰੀਏ ਜੀ ਪਰ ਹਲੇ ਡਰ ਹੈ ਕਿ ਹਾਂ ਦੁਬਾਰਾ ਪ੍ਰੋਬਲਮ ਜਿਹੜੀ ਨਾ ਆਏ ਉਹ ਸਮੱਸਿਆ ਦੁਬਾਰਾ ਨਾ ਆਏ ਜੀ ਲਵਲੀਨ ਮੈਮ ਤੁਸੀਂ ਜਦੋਂ ਤੋਂ এডੂਕੇਸ਼ਨ ਦੇ ਨਾਲ ਜੁੜੇ ਹੋ এডੂਕੇਸ਼ਨ ਸਿਸਟਮ ਦੇ ਨਾਲ ਜੁੜੇ ਹੋ ਕੀ ਬਦਲਾਵ ਤੁਸੀਂ ਮਹਿਸੂਸ ਕਰਦੇ ਹੋ ਇਸ ਸਮੇਂ ਦੇ ਦੌਰਾਨ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੀ ਬਦਲਾਵ ਆਇਆ ਹੈਗਾ ਬੱਚੇ ਕਾਫੀ ਸਾਰੀਆਂ ਨਵੀਆਂ ਜੇ ਪੋਜ਼ਿਟਿਵ ਚੀਜ਼ਵਲ ਜਾਈਏ ਤੇ ਬੱਚਿਆਂ ਦੇ ਬਹੁਤ ਸਾਰੇ ਜਿਹੜੇ ਟੈਲੈਂਟ ਆ ਸਾਨੂੰ ਪਤਾ ਚੰ데요 ਕੋਈ ਬੱਚਾ ਗਿਟਾਰ ਅੱਛਾ ਵਜਾਉਂਦਾ ਆ ਕੋਈ ਬੱਚਾ ਸਿੰਗਿੰਗ ਦੇ ਵਿੱਚ ਅੱਛਾ ਆ ਉਹਨਾਂ ਦੇ ਪੇਰੈਂਟਸ ਨਾਲ ਸਾਡੀ ਬੜੀ ਇੰਟਰਐਕਸ਼ਨ ਇੰਟਰਐਕਸ਼ਨ ਹੁੰਦੀ ਆ ਆਨਲਾਈਨ ਟੀਚਿੰਗ ਦਾ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ ਇਹ ਦਿੱਕਤ ਤਾਂ ਹੈ ਕਿ ਬੱਚੇ ਜੇ ਸਾਹਮਣੇ ਬੈਠੇ ਹੋਣ ਫਿਜ਼ੀਕਲੀ ਆਪਣੇ ਨਾਲ ਤੇ ਆਪਾਂ ਬਹੁਤ ਜ਼ਿਆਦਾ ਗੱਲਾਂ ਕਰ ਸਕਦੇ ਆ ਪਰ ਆਪਾਂ ਪੇਰੈਂਟਸ ਉਹ ਵੀ ਕਾਫੀ ਕੁਝ ਇਹੀ ਜਿਦਾ ਮੈਮ ਕਹਿੰਦੇ ਸੀ ਕਿ ਟਰਸਟ ਹੀ ਆ ਜਸਟ ਹੀ ਆ ਪਰ ਬੱਚੇ ਕਾਫੀ ਕੁਝ ਮਤਲਬ ਹੋਰ ਹਿਡਨ ਟੈਲੈਂਟ ਉਹਨਾਂ ਦੇ ਉੱਪਰ ਕੀ ਆ ਰਹੀ ਹੈ ਸੋਮੇ ਤੇ ਚੈਲੰਜਸ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਟਾਈਮ ਐਸ ਅ ਟੀਚਰ ਤੁਹਾਨੂੰ ਕੀ ਚੈਲੰਜ ਜਿਹੜੇ ਹੈਗੇ ਨੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਫੇਸ ਕਰਨੇ ਪੈ ਰਹੇ ਨੇ ਪੜ੍ਹਾਈ ਦੇ ਲਈ ਚੈਲੰਜਸ ਦਾ ਇਹੀ ਆ ਕਿ ਅ ਬੱਚੇ ਜਿੱਦਾਂ ਚਲੋ ਇਹ ਚੱਲਦਾ ਥੋੜੀ ਬਥੀ ਸੀਟਿੰਗ ਕਰ ਲੈਂਦੇ ਆ ਇੰਨੀ ਇਮਾਨਦਾਰ ਨਹੀਂ ਹੁੰਦੇ ਨਾ ਤੇ ਬਾਕੀ ਜੇ ਸਾਹਮਣੇ ਬੱਚੇ ਹੋਣ ਤਾਂ ਕੋਈ ਗੱਲ ਹੋਰ ਹੁੰਦੀ ਆ ਜੀ ਇਹ ਹੀ ਆ ਕਿ ਪ੍ਰਮਾਤਮਾ ਗੇ ਅਰਦਾਸ ਹੈ ਕਿ ਇਹ ਔਖਾ ਸਮਾਂ ਛੇਤੀ ਛੇਤੀ ਨਿਕਲੇ ਤੇ ਬੱਚਿਆਂ ਦਾ ਵੀ ਬਹੁਤ लॉस ਹੋ ਗਿਆ ਹੋ ਰਿਹਾ ਹੈ ਰੀਡਿੰਗ ਬੱਚੇ ਜਿਹੜੇ ਸਾਹਮਣੇ ਸਾਡੇ ਕਰਦੇ ਆ ਤੇ ਉਹ ਆਨਲਾਈਨ ਉਹਨਾ ਪੋਸੀਬਲ ਨਹੀਂ ਆ ਜੀ ਮੈਮ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੀ ਹੈ ਕਿ ਅਸੀਂ ਨੇ ਕੰਪਿਊਟਰ ਨੂੰ ਪ੍ਰੋਪਰਲੀ ਯੂਜ਼ ਕਰਨਾ ਸਿੱਖ ਲਿਆ ਜੀ ਸਾਡੇ ਲਈ ਵੀ ਇਹ ਚੈਲੰਜ ਹੈ ஆன்ਲਾਈਨ ਟੀਚਿੰਗ ਕਰਵਾਉਣਾ ਡੈਫੀਨਿਟਲੀ ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਨਾ ਕੁਝ ਹਮੇਸ਼ਾ ਹੀ ਰਹਿ ਜਾ ਜਾਂਦਾ ਆ ਪਰ ਇਸ ਟਾਈਮ ਮੇਰੇ ਖਿਆਲ ਦੇ ਵਿੱਚ ਜਿਹੜੀ ਟ੍ਰੇਨਿੰਗ ਦੀ ਤੁਸੀਂ ਗੱਲ ਕੀਤੀ ਵੀ ਅਸੀਂ ਆਪ ਵੀ ਕੰਪਿਊਟਰ ਚਲਾਉਣਾ ਜਿਹੜਾ ਸਿੱਖ ਗਏ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਫੈਮਲੀਆਂ ਵੀ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਨ੍ਹਾਂ ਕੋਲ ਮੋਬਾਈਲ ਫੋਨਸ ਅਵੇਲੇਬਲ ਨਹੀਂ ਹੋਣਗੇ ਇੰਟਰਨੈਟ ਅਵੇਲੇਬਲ ਨਹੀਂ ਇਹ ਬਹੁਤ ਵੱਡੀ ਮੁਸ਼ਕਿਲ ਆਂਦੀ ਹੈ ਕੁਝ ਬੱਚੇ ਐਸੇ ਆ ਕਿ ਉਹਨਾਂ ਦੇ ਪੇਰੈਂਟਸ ਸਮਰਥ ਨਹੀਂ ਹੈ ਕਿ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਣ ਇੰਟਰਨੈਟ ਸਰਕਾਰੀ ਸਕੂਲsproblem ਆ ਜਿਆਦਾ ਪ੍ਰੋਬਲਮ ਹੈ ਪ੍ਰੋਬਲਮ ਹੈ ਕਿ ਤਿੰਨ ਤਿੰਨ ਚਾਰ ਚਾਰ ਬੱਚੇ ਆ ਫੋਰ ਫੈਮਿਲੀ ਮੈਂਬਰਸ ਆ ਤੇ ਇੱਕ ਫੋਨ ਸ਼ੇਅਰ ਕਰਦੇ ਆ ਤੇ ਕਈ ਵਾਰ ਕਲਾਸਿਸ ਜਿਹੜੀਆਂ ਕਲੈਸ਼ ਕਰ ਜਾਂਦੀਆਂ ਹੂੰ 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 ਤੇ ਫਿਰ ਬੱਚਿਆਂ ਲਈ ਫੋਨ ਜਿਹੜਾ ਨਹੀਂ ਮਿਲਦਾ ਉਹਨਾਂ ਨੂੰ ਪ੍ਰਾਇਮਿੰਗ ਤੇ ਤੇ ਉਹਦੇ ਨਾਲ ਕੀ ਫਿਰ ਬੱਚਿਆਂ ਦੀ ਐਗਜ਼ਾਮਸ ਤੇ ਕੀ ਇੰਪੈਕਟ ਪੈਂਦਾ ਹੈ ਤੁਹਾਡੇ ਲਈ ਅਸੈਸਮੈਂਟ ਕਰਨਾ ਕਿੰਨਾ ਮੁਸ਼ਕਿਲ ਹੈਗਾ ਕਿ ਬੱਚਾ ਕਲਾਸ ਲਾ ਵੀ ਪਾਇਆ ਜਾਂ ਨਹੀਂ ਪੜ ਵੀ ਪਾਇਆ ਜਾਂ ਨਹੀਂ ਹਾਂਜੀ ਇਹ ਤਾਂ ਸਾਨੂੰ ਕਦੀ ਕਲਾਸਸ ਆ ਕਦੀ ਟੀਚਰਸ ਨੂੰ ਤਾਂ ਈਵਨਿੰਗ ਕਲਾਸਸ ਵੀ ਲਾਉਣੀਆਂ ਪੈਂਦੀਆਂ ਉਹਨਾਂ ਦਾ ਟਾਈਮ ਦੇਖ ਕੇ ਅਸੀਂ ਇਹ ਟਾਈਮ ਨਹੀਂ ਦੇਖਦੇ ਕਿ ਸਕੂਲ ਦੇ ਵਿੱਚ ਹੀ ਆਪਾਂ 2 ਵਜੇ ਤੱਕ ਉਹਨਾਂ ਨੂੰ ਕਰਾਉਣਾ ਅਸੀਂ ਸ਼ਾਮ ਨੂੰ ਵੀ ਕਲਾਸਸ ਲੈਂਦੇ ਆ ਜਦੋਂ ਬੱਚਿਆ ਕੋ ਫੋਨ ਹੁੰਦਾ ਐਗਜ਼ਾਮਸ ਬੱਚਿਆਂ ਦੀ ਅਸੀਂ ਲਈਦੇ ਅਸੀਂ ਡੇ ਟਾਈਮ ਜਿਹੜੇ ਵਿਚਾਰੇ ਅਰਨਿੰਗ ਦਿਹਾੜੀਦਾਰ ਬੰਦੇ ਜਾਂਦੇ ਆ ਬੰਦੇ ਬਾਹਰ ਕੰਮ ਕਰਨ ਲਈ ਜਾਂਦੇ ਆ ਫੋਨ ਨਹੀਂ ਦੇ ਪਾਉਂਦੇ ਫਿਰ ਅਸੀਂ ਸ਼ਾਮ ਨੂੰ 8 ਵਜੇ 7 ਵਜੇ ਵੀ ਅਸੀਂ ਬੱਚਿਆਂ ਦੇ ਐਗਜ਼ਾਮਸ ਲੈਂਦੇ ਆ ਜੇਕਰ ਗੱਲ ਕਰੀਏ ਜੇ ਆਪਾਂ ਸ਼ੁਰੂ ਤੋਂ ਵੀ ਟੀਚਰਸ ਡੇ ਦੀ ਸੈਲੀਬ੍ਰੇਸ਼ਨ ਦੀ ਗੱਲ ਕਰੀਏ ਹੁਣ ਦੀ ਗੱਲ ਕਰਦੇ 21 ਸੈਂਚਰੀ ਦੀ ਗੱਲ ਕਰਦੇ ਆ ਤੇ ਮੰਨਿਆ ਗਿਆ ਹੈ ਦੇਖਿਆ ਗਿਆ ਹੈ ਕਿ ਟੀਚਰ ਸਟੂਡੈਂਟ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਇਆ ਮੈਂ ਸਿਰਫ ਕਰੋਨਾ ਕਾਲ ਦੀ ਗੱਲ ਨਹੀਂ ਕਰ ਰਹੀ ਆਦਰਵਾਇਜ਼ ਵੀ ਪ੍ਰੈਕਟੀਕਲੀ ਵੀ ਤੁਸੀਂ ਨਿੱਜੀ ਤੌਰ ਤੇ ਕੀ ਮਹਿਸੂਸ ਕਰਦੇ ਹੋ ਕਿ ਕੀ ਵਾਕਈ ਇਸ ਤਰ੍ਹਾਂ ਦਾ ਕੋਈ ਗੱਲ ਜਿਹੜੀ ਆ ਵਾਪਰੀ ਹੈ ਸਾਡੇ ਸਮਾਜ ਵਿੱਚ ਕਿ ਜਿਹੜੀ ਰਿਸਪੈਕਟ ਟੀਚਰਸ ਦੀ ਪਹਿਲਾਂ ਸੀ ਹੁਣ ਉਹ ਨਹੀਂ ਨਹੀਂ ਰਹੀ ਬਿਲਕੁਲ ਬਿਲਕੁਲ ਹੈ ਕਿਉਂਕਿ ਸਾਡੇ ਵਿੱਚ ਵੀ ਕਸੂਰ ਹੈ ਕਿ ਅਸੀਂ ਜ਼ਿਆਦਾ ਪ੍ਰੋਫੈਸ਼ਨਲ ਹੋ ਗਏ ਆ ਕਿ ਲੈਸਨ ਕਰਵਾਇਆ ਕਿ ਮਤਲਬ ਸਾਰੇ ਟੀਚਰਸ ਦਾ ਨਹੀਂ ਬਹੁਤ ਸਾਰੇ ਕੀ ਆਪਾਂ ਬੱਚੇ ਦੀ ਹਰ ਟਾਈਮ ਦੀ ਡਿਊਟੀ ਨਹੀਂ ਸਮਝਦੇ ਜਿੱਦਾਂ ਆਪਣਾ ਬੱਚਾ ਆਪਣੇ ਕੋਲ ਬੈਠਾ ਆ ਆਪਾਂ ਨੂੰ ਹਰ ਤਰ੍ਹਾਂ ਕਿ ਹਰ ਹਰਫੰਦ ਵਾਲਾ ਚਾਹੁੰਦੀ ਆ ਕਿ ਸਾਡਾ ਬੱਚਾ ਬਣ ਜਵੇ ਨਾ ਫਿਰ ਜਦੋਂ ਦੂਸਰੀ ਕਲਾਸ ਦੇ 70 ਬੱਚੇ ਆ ਉਹਨਾਂ ਲਈ ਥੋੜੀ ਆਪਣੀ ਡਿਊਟੀ ਸ਼ਾਇਦ ਅਸੀਂ ਠੀਕ ਤਰ੍ਹਾਂ ਨਹੀਂ ਨਿਭਾ ਪਾਰੇ ਫਰਕ ਤਾਂ ਹੈ ਥੋੜਾ ਬੱਚਿਆਂ ਚ ਆਇਆ ਹੈ ਦੇ ਨਜ਼ਰ ਆਉਂਦਾ ਹੈ ਕਿ ਬੱਚੇ ਪਰ ਲੇਕਿਨ ਬੱਚੇ ਬਹੁਤ ਸਮਾਰਟ ਵੀ ਹੈ ਬੱਚਿਆਂ 'ਚ ਨੌਲੇਜ ਵੀ ਹੈ ਬੱਚੇ ਸਿੱਖਣਾ ਵੀ ਚਾਹੁੰਦੇ ਹੈ ਪਰ ਉਹ ਤੇ ਉਹ ਟੀਚਰ ਦੀ ਡਿਊਟੀ ਬਣਦੀ ਹੈ ਥੋੜਾ ਬਹੁਤ ਬੱਚੇ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਵੀ ਜਿਹੜਾ ਬੱਚਾ ਪਿੱਛੇ ਰਹਿ ਰਿਹਾ ਹੈ ਤੇ ਉਹ ਟੀਚਰ ਦੀ ਡਿਊਟੀ ਬਣਦੀ ਹੈ ਬੇ ਬੱਚੇ 'ਚ कि वैल्यूज किस तरह लिया है एथिक्स कि आर्य समाज कमेटी है उस आर्य समाज कमेटी बहुत सारी डिबेट्स वगैरह करवादी है बच्चों तो उतो बच्चों की वैल्यूज का पता चलता है करंट टॉपिक्स के उपिक्स दिते जाते हैं ਮੇਰੇ ਲਾ ਬੱਚਿਆਂ ਨੂੰ ਜੇ ਅਸੀਂ ਕੰਮ ਚ ਲਗਾਈ ਰੱਖੀਏ ਤਾਂ ਬੱਚੇ ਆਪਣੇ ਜਿਹੜੇ ਟੈਲੈਂਟ ਨੂੰ ਪ੍ਰਤਿਭਾ ਨੂੰ ਦਰਜਾਉਂਦੇ ਪਰ ਇੱਕ ਇੱਕ ਚੀਜ਼ ਇਹ ਵੀ ਤਾਂ ਫੀਲ ਕੀਤੀ ਗਈ ਕਿ ਜਿਹੜੀ ਹੁਣ ਪ੍ਰੈਕਟੀਕਲ ਐਕਟੀਵਿਟੀ ਆ ਫਿਜ਼ੀਕਲ ਐਕਟੀਵਿਟੀ ਆ ਉਹ ਹੁਣ ਹੁਣ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਗਈ ਬਹੁਤ ਘਟ ਗਈ ਬਹੁਤ ਘਟ ਗਈ ਤੇ ਬੱਚੇ ਫੋਨ ਉਹਦਾ ਸਭ ਤੋਂ ਵੱਡਾ ਕਾਰਨ ਮੋਬਾਈਲ ਹੈ ਐਗਜ਼ੈਕਟਲੀ ਸਭ ਤੋਂ ਵੱਡਾ ਕਾਰਨ ਮੋਬਾਈਲ ਹੈ ਤੇ ਉਹਦਾ ਹੈ ਕਿ ਬੱਚੇ ਜਿਆਦਾ ਟਾਈਮ ਜਿਹੜਾ ਹੈ ਮੋਬਾਈਲ ਤੇ ਚੈਟਸ ਦੇ ਨਾਲ ਵਿੱਚ ਲਗਾ ਲਿਆ ਸੋਸ਼ਲ ਮੀਡੀਆ ਤੇ ਸਿਰਫ ਕਲਾਸ ਹੀ ਨਹੀਂ ਕਿ ਉਹਨਾਂ ਨੇ ਕਲਾਸ ਦਾ ਹੀ ਦੇਖਣਾ ਆ ਫੋਨ ਤਾਂ ਫਿਰ ਕਿਤੇ ਦੀ ਕਿਤੇ ਬੰਦਾ ਆਨਲਾਈਨ ਪਹੁੰਚ ਜਾਂਦਾ ਨਾ ਜਦੋਂ ਨੈਟ ਔਨ ਹੁੰਦਾ ਨਾ ਤੇ ਜ਼ਰੂਰੀ ਨਹੀਂ ਕਿ ਬੱਚਾ ਸਿਰਫ ਆਪਣੇ ਐਜੂਕੇਸ਼ਨ ਦਾ ਹੀ ਦੇਖਦਾ ਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਕੋਰੋਨਾ ਕਾਲ ਤੋਂ ਬਾਅਦ ਸਟੂਡੈਂਟ ਸਕੂਲ ਦੇ ਵਿੱਚ ਵਾਪਸ ਆਉਣਗੇ ਉਹਨਾਂ ਦੀ ਇਹ ਜਿਹੜੀ ਮੋਬਾਈਲ ਐਡਿਕਟਿਵਨੈਸ ਹੈਗੀ ਇਹ ਖਤਮ ਕਰਨਾ ਵੀ ਇੱਕ ਚੈਲੰਜ ਤੋਂ ਘੱਟ ਨਹੀਂ ਹੋਏਗਾ ਇਹ ਤਾਂ ਕਾਫੀ ਵੱਡਾ ਚੈਲੰਜ ਹੋਊਗੀ ਪਹਿਲਾ ਤਾਂ ਟੀਚਰਸ ਨੂੰ ਹੀ ਬੜੀਆਂ ਜ਼ਿਆਦਾ ਸਮੱਸਿਆਵਾਂ ਆਉਣਗੀਆਂ ਕਿ ਉਹਨਾਂ ਨੇ ਬੱਚਿਆਂ ਨੂੰ ਉਸ ਲੈਵਲ ਤੇ ਦੁਬਾਰਾ ਲੈ ਕੇ ਆਉਣਾ ਕਾਫੀ ਕੁਛ ਬੱਚੇ ਭੁੱਲ ਗਏ ਆ ਹੂੰ ਹੂੰ ਕਾਫੀ ਆਨਲਾਈਨ ਤਾਂ ਉਹ ਉਹ ਗਲਤੀਆਂ ਨਹੀਂ ਬਣਦੀ ਜੋ ਆਫਲਾਈਨ ਬੱਚੇ ਸਾਹਮਣੇ ਬੈਠੇ ਹੁੰਦੇ ਜੇ ਮੇਰਾ ਬੱਚਾ ਮੇਰੇ ਸਾਹਮਣੇ ਬੈਠਾ ਮੈਂ ਉਹਨੂੰ ਪਤਾ ਦੀ ਕਿੰਨੇ ਤਰੀਕੇ ਨਾਲ ਸਿਖਾਉਂਗੀ ਜੇ ਬੱਚਾ ਆਨਲਾਈਨ ਦਾ ਮੈਂ ਉਸ ਤਰੀਕੇ ਨਾਲ ਨਹੀਂ ਸਿਖਾ ਸਕਦੀ ਬੱਚੇ ਨੂੰ ਜੀ 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 ਹੈ ਨਾ ਤੇ ਬੱਚੇ ਦੇ ਕੰਟੈਕਟ ਹੋਣਾ ਬਹੁਤ ਜ਼ਰੂਰੀ ਹੈ ਜੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਮੈਮ ਕਿ ਕੀ ਜਿਹੜੇ ਚੈਲੰਜੇਸ ਨੇ ਕਰੋਨਾ ਕਾਲ ਤੋਂ ਬਾਅਦ এডੂਕੇਸ਼ਨ ਦੇ ਵਿੱਚ ਆਉਣ ਵਾਲੇ ਨੇ ਜਿਹੜੇ ਟੀਚਰਸ ਨੂੰ ਇਹ ਫੇਸ ਕਰਨੇ ਪੈਣਗੇ ਬਹੁਤ ਹੱਦ ਤੱਕ ਪੇਰੈਂਟਸ ਨੂੰ ਕਰਨੇ ਪੈਣਗੇ ਸਟੂਡੈਂਟਸ ਨੂੰ ਵੀ ਕਰਨੇ ਪੈਣਗੇ ਪੇਰੈਂਟਸ ਨੂੰ ਕਰਨੇ ਪੈਣਗੇ ਕਿਉਂਕਿ ਪੇਰੈਂਟਸ ਕੋਲ ਅੱਜਕੱਲ ਜੌਬ ਦੇ ਵਿੱਚ ਜ਼ਿਆਦਾ ਹੁੰਦੇ ਆ ਸਮਾਂ ਨਹੀਂ ਹੁੰਦਾ ਲੇਕਿਨ ਟੀਚਰ ਦੀ ਡਿਊਟੀ ਹੈ ਸਕਾਰਾਤਮਕਤਾ ਪੋਜ਼ਿਟਿਵਿਟੀ ਟੀਚਰ ਰੱਖੇਗੀ ਤਾਂ ਹਰ ਬੱਚਾ ਸਹੀ ਹੋ ਸਕਦਾ ਜੀ ਕੋਈ ਐਸੀ ਗੱਲ ਨਹੀਂ ਹੈ ਜੀ ਜੀ ਤੇ ਬਾਕੀ ਬਹੁਤੀ ਬੰਦਿਸ਼ ਨਹੀਂ ਲਗਾਓ ਜੇ ਜ਼ਿਆਦਾ ਬੰਦਿਸ਼ ਲਗਾਵਾਂਗੇ ਕਿ ਇੱਥੇ ਮੋਬਾਈਲ ਨਹੀਂ ਕਰਨਾ ਯੂਜ਼ ਜਾਂ ਐਦਾਂ ਨਹੀਂ ਕਰਨਾ ਤਾਂ ਬੱਚਾ ਹਮੇਸ਼ਾ ਵਿਗੜਦਾ ਹੈ

ਪੇਰੈਂਟਸ ਨਾਲ ਬੱਚੇ ਬੈਠਣ ਉਹਨਾਂ ਕੀ ਯੂਜ਼ ਕਰਨ ਆਈ ਸਾਈਡ ਤੇ ਵੀ ਬਹੁਤ ਫਰਕ ਪੈਂਦਾ ਹੈ ਡੈਫੀਨਿਟਲੀ ਡੈਫੀਨਿਟਲੀ ਆਈ ਸਾਈਡ ਤੇ ਔਰ ਮਨਸਾਈਕੋਲੋਜੀਕਲ ਹਾਂ ਥੋੜਾ ਨਾ ਜੇ ਫਿਜ਼ੀਕਲੀ ਐਕਟੀਵਿਟੀਜ਼ ਕਰਨ ਤੇ ਉਹ ਜ਼ਿਆਦਾ ਬਿਹਤਰ ਹੈ ਬੱਚਿਆਂ ਦੇ ਲਈ ਲਿਮਟ ਦੇ ਵਿੱਚ ਦੇਖਣ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਗਤੀਵਿਧੀਆਂ ਚ ਉਹਨਾਂ ਨੂੰ ਲਗਾਇਆ ਜਾਏਗਾ ਉਹਨਾਂ ਅਸੀਂ ਮੋਬਾਈਲ ਤੋਂ ਬੱਚੇ ਦੂਰ ਹੋ ਸਕਦੇ ਹਨ ਹਾਂਜੀ ਇੱਕ ਹੋਰ ਉਹਦੇ ਜੋ ਰੁਚੀ ਲੈ ਪਨ ਬੱਚੇ ਬਸ ਉਹ ਐਕਚੁਅਲ ਚ ਉਹ ਇੰਟਰਸਟ ਕ੍ਰੀਏਟ ਕਰਨਾ ਹੀ ਮੁਸ਼ਕਿਲ ਹੈ ਹਾਂ ਉਹ ਟੀਚਰ ਦਾ ਕਰਤਵਿਅ ਹੈ ਜੀ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਮੈਂ ਕਹਿਣਾ ਕੀ ਟੀਚਰਸ ਵੀ ਦੇਖਦੇ ਆ ਕਿ ਬੱਚੇ ਜੇ ਫਰਸਟ ਆ ਗਿਆ ਸੈਕੰਡ ਆ ਗਿਆ ਕਿ ਬੱਚਾ ਬਹੁਤ ਇੰਟੈਲੀਜੈਂਟ ਹੈ ਪੜਾਈ ਦੇ ਵਿੱਚ ਤਾਂ ਉਹ ਉਹਨਾਂ ਦੀਆਂ ਅੱਖਾਂ ਦਾ ਤਾਰਾ ਨਹੀਂ ਬੱਚੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਿ ਸਾਰੇ ਫਰਸਟ ਡਿਵੀਜ਼ਨ ਲੈ ਲਈ ਸੈਕੰਡ ਡਿਵੀਜ਼ਨ ਲੈ ਲਈ ਚਲੋ ਜੀ ਬੱਚੇ ਫਰਸਟ ਆ ਸਕਦੇ ਆ ਬੱਚੇ 뮤직 ਚ ਵੀ ਫਰਸਟ ਆ ਸਕਦੇ ਆ ਬੱਚੇ ਪੇਂਟਿੰਗ ਚ ਵੀ ਫਰਸਟ ਆ ਸਕਦੀ ਆ ਬੱਚੇ ਸਪੀਕਿੰਗ ਚ ਵੀ ਫਰਸਟ ਆ ਸਕਦੀ ਆ ਬੱਚਿਆਂ ਦੇ ਹੋਰ ਟੈਲੈਂਟ ਦੇਖੋ ਤੁਸੀਂ ਸਿਰਫ ਇਹੀ ਨਹੀਂ ਕਿ ਬੱਚਾ ਪੜਨ ਚ ਹੁਸ਼ਿਆਰਾ ਤਾਂ ਹੁਸ਼ਿਆਰਾ ਮੈਂ ਇਸ ਗੱਲ ਨੂੰ ਨਹੀਂ ਮੰਦੀ ਕਿਉਂਕਿ ਜੇ ਐਦਾ ਹੀ ਹੁੰਦਾ ਤੇ ਸਚਿਨ ਤੰਦੁਲਕਰ ਕਰੈਕਟਰ ਨਾ ਹੁੰਦਾ ਜੀ 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 ਬਿਲਕੁਲ ਪਰ ਜਿਹੜੇ ਸਾਡੇ ਪੇਰੈਂਟਸ ਨੇ ਇਹ ਰੀਜ਼ਨ ਹੈ ਨਾ ਕਿ ਉਹ ਐਜੂਕੇਸ਼ਨ ਪਾਲਿਸੀ ਦੇ ਤਹਿਤ ਆਇਆ ਨਾ ਕਿ ਬੱਚਿਆਂ ਨੂੰ ਵੈਲਿਊਜ਼ ਔਰ ਐਥਿਕਸ ਜਿਆਦਾ ਤੋਂ ਜਿਆਦਾ ਪੜਾ ਜੀ ਪਰ ਅਸੀਂ ਇਹ ਦੇਖਦੇ ਹਾਂ ਕਿ ਸਾਰੇ ਪੇਰੈਂਟਸ ਦੀ ਇੱਕੋ ਇੱਕ ਖੁਆਇਸ਼ ਹੁੰਦੀ ਕਿ ਮੇਰਾ ਬੱਚਾ ਟੌਪ ਕਰੇ ਹੈਨਾ ਔਰ ਉੱਥੇ ਫਿਰ ਜਦੋਂ ਟੈਲੈਂਟ ਦੀ ਗੱਲ ਆਉਂਦੀ ਹੈ ਟੈਲੈਂਟ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇਹ ਹੈ ਕਿ ਟੈਲੈਂਟ ਨੇ ਸਾਨੂੰ ਰੋਟੀ ਨਹੀਂ ਦੇਣੀ ਰੋਟੀ ਸਾਨੂੰ ਨੌਕਰੀ ਨਹੀਂ ਦੇਣੀ ਹੈ ਤੋ ઓ ઓ સ્ટીਸ ਤੋਂ ਬਾਹਰ ਨਿਕਲਣ ਦੇ ਲਈ ਕੀ ਕਦੇ ਤੁਹਾਡੇ ਇੰਸਟੀਟਿਊਸ਼ਨਸ ਵੱਲੋਂ ਪੇਰੈਂਟਸ ਤੇ ਮਾਪੇ ਕੋਈ ਕਿੱਸਾ ਦੱਸਣਾ ਚਾਹੁੰਦੀ ਹੈ ਜੇ ਤੁਸੀਂ ਜਿਹਨੂੰ ਮੜ ਜਾ ਠੰਡੋ ਇੱਕ ਵਾਰ ਇੱਕ ਬੱਚਾ ਸੀ ਹੂੰ ਤੇ ਉਹਦੇ ਪੇਰੈਂਟਸ ਉਹਨੂੰ ਲੈ ਕੇ ਜਾਂਦੇ ਆ ਡਾਕਟਰ ਕੋ ਸਾਈਕੀਟ੍ਰਿਸ ਕੋ ਜੀ ਇਹਦਾ ਬਿਲਕੁਲ ਪੜਾਈ ਤੇ ਧਿਆਨ ਨਹੀਂ ਹੈਗਾ ਇਹ ਬੱਚਾ ਪੜਦਾ ਨਹੀਂ ਡਾਕਟਰ ਨੇ ਉਹਦੀਆਂ ਐਕਟੀਵਿਟੀਆਂ ਦੇਖੀਆਂ ਕਿ ਬੱਚਾ ਤਾਂ ਬੜਾ ਅੱਛਾ ਡਾਂਸ ਕਰੀ ਜਾ ਰਿਹਾ ਉੱਥੇ ਖੜਾ ਖੜਾਈ ਡਾਂਸ ਕਰੀ ਜਾ ਰਿਹਾ ਤੇ ਡਾਕਟਰ ਨੇ ਕਿਹਾ ਜੀ ਤੁਹਾਡਾ ਬੱਚਾ ਤਾਂ ਬੋਨ ਡਾਂਸਰ ਹੈ ਹੂੰ ਕਿ ਤੁਸੀਂ ਪੜ੍ਹਾਈ ਇਹਨੂੰ ਲਿਮਟ ਚ ਕਰਾਓ ਤੁਸੀਂ ਡਾਂਸਿੰਗ ਚ ਇਹਨੂੰ ਲੈ ਕੇ ਜਾਓ ਹੂੰ ਕਿ ਬੱਚੇ ਦੇ ਉਹ ਟੈਲੈਂਟ ਵੀ ਦਿਖਾਰੋ ਤੁਸੀਂ ਜੀ ਸਮਾਜ ਨੂੰ ਹਰ ਇੱਕ ਤਰ੍ਹਾਂ ਦਾ ਪ੍ਰਾਣੀ ਚਾਹੀਦਾ ਹੂੰ ਸਮਾਜ ਨੂੰ ਸਿਰਫ ਡਾਕਟਰ ਜਾਂ ਇੰਜੀਨੀਅਰ ਨਹੀਂ ਚਾਹੀਦੇ ਹਰ ਇੱਕ ਤਰ੍ਹਾਂ ਦੇ ਜਿਹੜੇ ਆ ਕਿੱਤੇ ਜ਼ਰੂਰੀ ਆ ਔਰ ਸਾਰੇ ਕਿੱਤਿਆਂ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਅਧਿਆਪਕ ਨੇ ਲੈ ਕੇ ਜਾਣਾ ਹੂੰ ਹੂੰ ਉਹਨਾਂ ਨੇ ਸਹੀ ਗਾਈਡੈਂਸ ਦੇਣੀ ਅਧਿਆਪਕ ਨੂੰ ਜੇ ਖੁਦ ਹੋਊਗੀ ਜੇ ਸਿਰਫ ਪੜ੍ਹਾਈ ਤੇ ਹੀ ਨਾ ਧਿਆਨ ਦੇਣ ਬਾਕੀ ਸਾਰੀਆਂ ਚੀਜ਼ਾਂ ਵਿੱਚ ਜੀ ਆਲ ਰਾਉਂਡ ਡਿਵੈਲਪਮੈਂਟ ਉਹਨਾਂ ਦੀ ਬੱਚਿਆਂ ਦੀ ਕਰਨੀ ਹੈ ਤੇ ਕੀ ਲੱਗਦਾ ਤੁਹਾਨੂੰ ਕਿ ਰਿਸਪੌਂਸਿਬਿਲਟੀ ਵੀ ਸਿਰਫ ਟੀਚਰਸ ਦੀ ਕਿ ਪੇਰੈਂਟਸ ਦੀ ਨਹੀਂ ਪੇਰੈਂਟਸ ਨੂੰ ਵੀ ਗਾਈਡ ਕਰਨਾ ਕਿਉਂਕਿ ਪੇਰੈਂਟਸ ਆ ਬੱਚਿਆਂ ਦੇ ਬਾਰ ਬਾਰ ਹੱਥ ਤੇ ਤੁਸੀਂ ਕਿਤਾਬ ਫੜਾਈ ਜਾਓਗੇ ਬੱਚੇ ਦਾ ਮਨ ਉਚਾਟ ਹੋਣਾ ਹੀ ਆ ਬੱਚੇ ਨੂੰ ਉਹਦੇ ਇੰਟਰਸਟ ਦਾ ਵੀ ਕੁਝ ਕਰਨ ਦਿਓ ਹੂੰ ਹੂੰ ਠੀਕ ਆ ਬੱਚਾ ਜੇ ਗਿਟਾਰ ਬਟਵਾਣਾ ਬਚਾਉਣਾ ਚਾਹੁੰਦਾ ਬਚਾਣ ਦਿਓ ਉਹਨੂੰ ਠੀਕ ਹੈ ਬੱਚਾ ਪੇਂਟਿੰਗ ਕਰਨਾ ਚਾਹੁੰਦਾ ਕਰਨ ਦਿਓ ਉਹਨੂੰ ਕੋਈ ਗੱਲ ਨਹੀਂ ਉਹਦੇ ਲਈ ਵੀ ਟਾਈਮ ਦਿਓ ਬੱਚੇ ਨੂੰ ਖੇਡਣ ਲਈ ਵੀ ਬੱਚੇ ਨੂੰ ਟਾਈਮ ਦਿਓ ਜੀ ਫਿਰ ਕੀ ਹੈ ਇੱਕ ਪੂਲ ਹੁੰਦਾ ਆ ਉਹ ਬੱਚਾ ਫਿਰ ਆਪਣਾ ਇੰਟਰਸਟ ਚੂਜ਼ ਕਰਦਾ ਵੀ ਮੈਂ ਅੱਗੇ ਕੀ ਕਰਨਾ ਕੀ ਕਰਨਾ ਬਿਲਕੁਲ ਤੁਸੀਂ ਮੈਮ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਕੀ ਇੰਟਰਸਟ ਜਿਹੜਾ ਆ ਨਿਖਾਰਨ ਦੇ ਵਿੱਚ ਐਜ਼ ਅ ਟੀਚਰ ਤੁਹਾਡਾ ਜਿਹੜਾ ਯੋਗਦਾਨ ਐਜ਼ ਅ ਐਚ ਡੀ ਕੀ ਰਿਹਾ ਹੈ ਹੁਣ ਤੱਕ ਦਾ ਮੇਰਾ ਤਾਂ ਇਹੀ ਯੋਗਦਾਨ ਰਿਹਾ ਹੈ ਕਿ ਬੱਚਿਆਂ ਨੂੰ ਅਸੀਂ ਜੈਰਾ ਸਿਸਟੇਮੈਟਿਕਲੀ ਸਾਰਾ ਡਿਸਪਲਿਨ অর ਸਿਸਟੇਮੈਟਿਕਲੀ ਬਿਨਾ ਕਿਸੇ ਡਾਂਟ ਤੋਂ ਬੱਚੇ ਨੂੰ ਵਿਸ਼ੇ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਜੇ ਬੱਚਾ ਗੁੱਡ ਲਿਸਨਰ ਹੈ ਧਿਆਨ ਨਾਲ ਸੁਣ ਰਿਹਾ ਹੈ उस तो बार टीचर की बार, बार थोड़ी थोड़ी टैसटिंग भी करते रहना चाहिए है तो बचे एनकरेजमेंट जो बच्चा उस काम करता है और हौली हौली मतलब टीचर नेहनत करनी पैदा <laughs> बच्चे जी, थे। जी, थे। जी, क्योंकि बच्चा हर तरह एक बच्चा है और दो सीख ला कई बार हफ्ता भी ला दें उस बचे टीचर न करने प ਬਾਕੀ ਘਰ ਦਾ ਮਾਹੌਲ ਵੀ ਬਹੁਤ ਨਿਰਭਰ ਕਰਦਾ ਹੈ ਕਿ ਕਈ ਪੇਰੈਂਟਸ ਬਿਲਕੁਲ ਧਿਆਨ ਨਹੀਂ ਦਿੰਦੇ ਅੱਛਾ ਜਦੋਂ ਪੇਰੈਂਟਸ ਟੀਚਰ ਮੀਟਿੰਗ ਪੇਰੈਂਟਸ ਟੀਚਰ ਮੀਟਿੰਗ ਪੇਰੈਂਟਸ ਦਾ ਵੀ ਥੋੜਾ ਜਿਹਾ ਪੇਰੈਂਟਸ ਟੀਚਰ ਮੀਟਿੰਗ ਤੇ ਬੱਚਿਆਂ ਦੇ ਬਾਰੇ ਵਿੱਚ ਥੋੜਾ ਜਿਆਦਾ ਨੂੰ ਵੀ ਕੋਈ ਕਰਨਾ ਪੈਂਦਾ ਹੈ ਕਿ ਤੁਸੀਂ ਵੀ ਥੋੜਾ ਬੱਚੇ ਨੂੰ ਐਨਕਾਟ ਕਰੋ ਔਰ ਬੱਚੇ ਨੂੰ ਹਾਂ ਗਵਰਨਮੈਂਟ ਇੰਸਟੀਟਿਊਟਸ ਹੁੰਦੀਆਂ ਸਰਕਾਰੀ ਸੋ ਉਹਨਾਂ ਦੀ ਮੇਰੇ ਖਿਆਲ ਚ ਪੇਰੈਂਟਸ ਟੀਚਰ ਹੀ ਪੇਰੈਂਟਸ ਹੁੰਦੇ ਆ ਕਿਉਂਕਿ ਮਾਪੇ ਉਹ ਸਾਰਾ ਦਿਨ ਆਪਣੇ ਵਿਚਾਰੇ ਰੋਜੀ ਰੋਟੀ ਲਈ ਜੀ ਰਹਿੰਦੇ ਆ ਬੱਚੇ ਕਈ ਤਾਂ ਐਜੂਕੇਟਡ ਨਹੀਂ ਹੈਗੇ ਤੇ ਬੱਚਿਆਂ ਨੂੰ ਗਾਈਡ ਨਹੀਂ ਕਰ ਸਕਦੇ ਫਿਰ ਸਾਰੀ ਰਿਸਪੋਨਸਿਬਿਲਟੀ ਜਿਹੜੀ ਆ ਉਹ ਟੀਚਰਸ ਤੇ ਹੀ ਆਉਂਦੀ ਹੈ ਤੁਸੀਂ ਉਹਨਾਂ ਨੂੰ ਕਿਵੇਂ ਕਨਵਿੰਸ ਕਰਦੇ ਹੋ ਕਿ ਬੱਚਿਆਂ ਦੇ ਟੈਲੈਂਟ ਨੂੰ ਨਿਖਾਰਿਆ ਜਾਵੇ ਅਸੀਂ ਉਹਨਾਂ ਨੂੰ ਬੁਲਾਉਣੀ ਆ ਪੇਰੈਂਟ ਟੀਚਰ ਮੀਟਿੰਗ ਹੁੰਦੀ ਆ ਕਿ ਅਸੀਂ ਬੱਚਿਆਂ ਨੂੰ ਜਿੱਦਾਂ ਅਸੈਂਬਲੀ ਹੁੰਦੀ ਆ ਆਨਲਾਈਨ ਪ੍ਰੋਗਰਾਮਸ ਹੁੰਦੇ ਆ ਅਸੀਂ ਬੱਚਿਆਂ ਨੂੰ ਕਈ ਦਾ ਬੱਚੇ ਜੋ ਵੀ ਤੁਹਾਨੂੰ ਆਉਂਦਾ ਤੁਸੀਂ ਸਾਨੂੰ ਦੱਸੋ ਹੂੰ ਕਿ ਅਸੀਂ ਅਸੀਂ ਬਹੁਤ ਸਾਰੀ ਕੰਪੀਟੀਸ਼ਨ ਹੁੰਦੇ ਆ ਤੇ ਅਸੀਂ ਤਾਂ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਜੋ ਵੀ ਟੈਲੈਂਟ ਜੋ ਵੀ ਤੁਸੀਂ ਜਾਣਦੇ ਆ ਤੁਸੀਂ ਸਾਨੂੰ ਦੱਸੋ ਜੇ ਤੁਹਾਨੂੰ ਬੋਲਣਾ ਅੱਛਾ ਆਉਂਦਾ ਤਾਂ ਤੁਸੀਂ ਉਹ ਦੱਸੋ ਗਾਉਣਾ ਅੱਛਾ ਆਉਂਦਾ ਤਾਂ ਤੁਸੀਂ ਉਹ ਵੀ ਦੱਸੋ ਕਲਚਰ ਐਕਟੀਵਿਟੀਜ਼ ਬਹੁਤ ਸਾਰੀਆਂ ਹੁੰਦੀਆਂ ਬੱਚਿਆਂ ਨੂੰ ਗੇਮਸ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਨਿਊ ਐਜੂਕੇਸ਼ਨ ਪਾਲਿਸੀ ਦੀ ਆਪਾਂ ਗੱਲ ਕਰਦੇ ਕਿ ਕਰੰਟ ਸਿਨੈਰੀ ਨੂੰ ਧਿਆਨ ਵਿੱਚ ਰੱਖ ਕੇ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਆਈ ਹੈ ਪਹਿਲਾਂ ਤਾਂ ਮੈਂ ਹੀ ਚਾਹੂੰਗੀ ਕਿ ਥੋੜਾ ਜਿਹਾ ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕਰੋ ਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਐਕਚੁਅਲ ਦੇ ਵਿੱਚ ਇਸ ਟਾਈਮ ਹੈ ਕੀ ਨਿਊ এডੂਕੇਸ਼ਨ ਪਾਲਿਸੀ ਦੇ ਵਿੱਚ ਹੀ ਹੁਣ ਤਾਂ ਜਿੱਦਾਂ ਪਹਿਲਾਂ ਅੰਗਰੇਜ਼ੀ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਜਦੋਂ ਆਪਾਂ ਵੀ ਬੋਲਦੇ ਆ ਤਾਂ ਆਟੋਮੈਟਿਕਲੀ ਜਿਹੜੇ ਕੁਝ ਲਫ਼ਜ਼ ਨਿਕਲਦੇ ਆ ਹੈਨਾ ਤੇ ਬਾਕੀ ਇਹ ਕਿ ਬੱਚਾ ਆਪਣੀ ਬੋਲੀ ਦੇ ਵਿੱਚ ਸਿੱਖੇ ਹਮ ਮਾਂ ਬੋਲੀ ਤੋਂ ਜੋ ਬੱਚਾ ਸਿੱਖਦਾ ਹੈ ਨਾ ਉਹ ਕਿਸੇ ਹੋਰ ਲੈਂਗੁਏਜ ਤੋਂ ਨਹੀਂ ਤੇ ਬਾਕੀ ਇਹ ਬੱਚਿਆਂ ਦੀ 올 ਰੌਂਡ ਡਿਵੈਲਪਮੈਂਟ ਤੇ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਬੱਚੇ ਆਪਣੇ ਇੰਟਰਸਟ ਦਾ ਮਤਲਬ ਸਟਾਰਟਿੰਗ ਜਾਂ ਕੋਈ ਵੀ ਸਬਜੈਕਟ ਚੂਜ਼ ਕਰ ਸਕਦੇ ਆ ਹਮ ਹਮ ਤੇ ਤੁਹਾਡੇ ਸਕੂਲ ਵੱਲੋਂ ਨਿਊ এডੂਕੇਸ਼ਨ ਪਾਲਿਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹੜੇ ਕਿਹੜੇ ਕਦਮ ਜਿਹੜੇ ਨੇ ਹੋ ਚੁੱਕੇ ਜਾ ਰਹੇ ਨੇ ਸਕੂਲ ਦੇ ਵਿੱਚ ਤਾਂ ਬੱਚਿਆਂ ਦੀ ਹੋਰ ਡਵੈਲਪਮੈਂਟ ਹੈ ਬੱਚਿਆਂ ਨੂੰ ਯੋਗਾ ਵੀ ਕਰਵਾਇਆ ਜਾਂਦਾ ਬੱਚਿਆਂ ਨੂੰ ਬੱਚਿਆਂ ਨੂੰ ਕਲਚਰ ਐਕਟੀਵिटीज ਕਰਵਾਈਆਂ ਜਾਂਦੀਆਂ ਬੱਚਿਆਂ ਨੂੰ ਬੱਚਿਆਂ ਨੂੰ ਸਕੂਲ ਭਲਾਇਆ ਜਾਂਦਾ ਇਵਨ ਬੱਚਿਆਂ ਨੂੰ ਕਿ ਇਸ ਤਰੀਕੇ ਦੇ ਨਾਲ ਸੈਲਡ ਬਣਾਉਂਦੇ ਆ ਘਰ ਦੇ ਕੰਮ ਜਿਹੜੇ ਸਾਰੇ ਆ ਉਹ ਸਾਰਾ ਕੁਝ ਉਹਦੇ ਵਿੱਚ ਉਹਨਾਂ ਘਰ ਦੀ ਸਫਾਈ ਤਾਂ ਕਿੱਦਾਂ ਰੱਖਣੀ ਆ ਆਸ-ਪਾਸੇ ਦੀ ਸਫਾਈ ਕਿੱਦਾਂ ਰੱਖਣੀ ਆ ਕਿ ਕਿਸੇ ਦੇ ਨਾਲ ਕਿੱਦਾਂ ਮਿਲਣਾ ਕਰਨਾ ਹਾਂਜੀ ਤੇ ਆਪਣੇ ਸਾਰੇ ਜਿਹੜੇ ਸਬੰਧ ਸਮਾਜਿਕ ਸਬੰਧ ਹੈ ਕਿਦਾਂ ਨਿਭਾਉਣੇ ਆ ਆਪਣੇ ਆਸ ਪੜੋਸ ਨਾਲ ਕਿਦਾਂ ਰੱਖਣਾ ਹੈ ਸਭ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਜੀ ਨਿਊ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਇਹ ਹੀ ਹੈ ਕਿ ਬੱਚਿਆਂ ਨੂੰ ਆਪਣੀ ਭਾਰਤੀ ਸੱਭਿਆਚਾਰੀ ਤੇ ਬਾਰੇ ਜਾਗਤ ਕਰਾਉਣਾ ਬੱਚਿਆਂ ਦੇ ਸਰਵੰਗਿੰਨ ਵਿਕਾਸ ਲਈ ਸਿਰਫ ਪੜਾਈ ਤੇ ਸਿਲੇਬਸ ਤੱਕ ਹੀ ਨਹੀਂ ਬੱਚਿਆਂ ਦੇ ਸਰਵੰਗਿੰਨ ਵਿਕਾਸ ਲਈ ਅਨੇਕ ਗਤੀਵਿਧੀਆਂ ਨੂੰ ਤੇ ਸਾਡੇ ਕਾਲਜ ਦੇ ਵਿੱਚ ਮਹਾਵਿਦਿਆਲੇ ਦੇ ਵਿੱਚ आर्य समाज कमेटी प्लास्टिक फ्री कंपेन उन्नत भारत अभियान स्वच्छ भारत कमेटी हर हर कमेटी एन एस एस कमेटी एन सी सी हर हर फील्ड के बच्चे बढ़ चढ़ के भाग लै रहे हैं कॉलेज का नाम तो तुम अखबार रोज़ देखते दे ही हो गए कि बच्चे बढ़ चढ़ के भाग लेंदे है और इनाम भी जीत रहे हैं और बच्चे अगे बढ़ के ਬੰਨ ਵੀਰੀ ਕੁਝ ਨਾ ਕੁਝ ਜੀ 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 ਅੱਛਾ ਇੱਕ ਇੱਕ ਸਵਾਲ ਜਿਹੜਾ ਅੱਜ ਦੇ ਦੌਰ ਦੇ ਵਿੱਚ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਹਿੰਦੇ ਨੇ ਕਿ ਜਿਹੜਾ ਇੱਕ ਗ੍ਰੇਟ ਟੀਚਰ ਹੈਗਾ ਹੈ ਇੱਕ ਮਹਾਨ ਅਧਿਆਪਕ ਹੈ ਉਹ ਹੀ ਇੱਕ ਮਹਾਨ ਸਟੂਡੈਂਟ ਨੂੰ ਜਿਹੜਾ ਜਨਮ ਦੇ ਸਕਦਾ ਹੈ ਤੁਹਾਡੀ ਨਜ਼ਰ ਦੇ ਵਿੱਚ ਮਹਾਨ ਅਧਿਆਪਕ ਕੌਣ ਹੋ ਸਕਦਾ ਹੈ ਉੱਚ ਅਧਿਆਪਕਤਾ ਉਹੀ ਹੋ ਸਕਦਾ ਹੈ ਜਿਹੜਾ ਦ੍ਰਿੜ ਵਿਸ਼ਵਾਸ ਰੱਖੇ ਡਿਟਰਮਿੰਡ ਹੋਏ और सकारात्मकता होए और हर बच्चे तक पहुंच सके और हर बच्चे मतलब बच्चे दी तोहीन ना करन तो बजाय बच्चे ऊपर उठाने ले हमेशा तैयार रहे और बच्चा भी जेड़ा है जेड़ा, उस गुर गुरु दा सम्मान करता होए और उसकी गल होए सही राहते चले ਸਹੀ ਮਾਰਗਦਰਸ਼ਨ ਸਤ ਸਤਪਥ ਕੀ ਔਰ ਹੈ ਪਰ ਇਹ ਵੀ ਤਾਂ ਹੈ ਕਿ ਮੈਮ ਹੁਣ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੰਨੀਆਂ ਜਾਣ ਇਹ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਇਹ ਵੀ ਮੰਨਿਆ ਜਾਂਦਾ ਹੈ ਕਿ ਕੰਟਰੈਡਿਕਟਰੀ ਵਿਊਜ਼ ਨੂੰ ਵੀ ਅਪਰੀਸ਼ੀਏਟ ਕੀਤਾ ਜਾਵੇ ਫਿਰ ਉੱਥੇ ਜਿਹੜੀ ਸਲਾਹ ਵੀ ਬਹੁਤ ਜ਼ਰੂਰੀ ਆ ਹਰ ਇੱਕ ਗੱਲ ਦੀ ਉਹ ਅਲੋਚਨਾ ਵੀ ਬੱਚ ਦੀ ਜਗ੍ਹਾ ਕਿਉਂਕਿ ਸਹੀ ਸਹੀ ਡਾਇਰੈਕਸ਼ਨਸ ਜਾਣ ਲਈ ਅਲੋਚਨਾ ਵੀ ਕਾਫੀ ਜ਼ਰੂਰੀ ਹੈ ਜੀ ਤੁਸੀਂ ਕੁਝ ਕਹਿ ਰਹੇ ਸੀ ਤੇ ਮੈਂ ਤੁਹਾਡੀ ਮੈਂ ਕਹਿ ਰਹੀ ਸੀ ਕਿ ਫੋਰ ਐਗਜ਼ਾਮਪਲ ਜਿੱਦਾਂ ਚੰਦਰ ਗੁਪਤੀ ਜੀ ਹਾਂ ਅਚਾਰੀ ਚਾਨਕੀ ਨੇ ਚੰਦਰਗੁਪ ਜੀ ਨੂੰ ਐਡਾ ਸਮਰਾਜ ਖੜਾ ਕੀਤਾ ਉਦੋਂ ਦੀ ਅਧਿਆਪਕਾਂ ਦੀ ਲੋੜ ਆ ਕਿ ਜਿਹੜੇ ਸਮਾਜ ਨੂੰ ਬਦਲ ਸਕਣ ਜੀ ਐਜੂਕੇਸ਼ਨ ਪ੍ਰਣਾਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕੋਈ ਬਦਲਾਅ ਕਰਨ ਦੀ ਤਾਂ ਐਜ਼ ਅ ਅਧਿਆਪਕ ਤੁਸੀਂ ਕੀ ਚਾਹੋਗੇ ਕਿ ਬਦਲਣਾ ਜਿਹੜਾ ਹੈ ਉਹ ਬੇਹੱਦ ਜ਼ਰੂਰੀ ਸਮੇਂ ਦੀ ਮੈਨੂੰ ਨਹੀਂ ਸਭ ਤੋਂ ਜ਼ਿਆਦਾ ਵੱਡੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਅਧਿਆਪਕਾਂ ਦੀ ਆ ਹੂੰ ਲਵਲਿਨ ਮੈਮ ਇੱਕ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹੂੰਗੀ ਕਿਉਂਕਿ ਤੁਸੀਂ ਹੀ ਜ਼ਿਕਰ ਕੀਤਾ ਸੀਗਾ ਕਿ ਅੰਗਰੇਜ਼ੀ ਦੇ ਸ਼ਬਦ ਜਿਹੜੇ ਸਾਡੀ ਭਾਸ਼ਾ ਦੇ ਵਿੱਚ ਜਾਂ ਸਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰ ਰਹੇ ਨੇ ਕਿਤੇ ਨਾ ਕਿਤੇ ਸਾਡੇ ਦਿਲ ਦਿਮਾਗ ਦੇ ਵਿੱਚ ਹੁੰਦੇ ਨੇ ਔਰ ਉਹ ਜ਼ੁਬਾਨ ਤੇ ਆ ਹੀ ਜਾਂਦੇ ਨੇ ਪਰ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਅੰਗਰੇਜ਼ੀ ਦੀ ਐਜੂਕੇਸ਼ਨ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ ਤੇ ਕੀ ਲੱਗਦਾ ਹੈ ਕਿ ਅੰਗਰੇਜ਼ੀ ਤੋਂ ਬਿਨਾ ਸਾਡੇ ਸਮਾਜ ਦੀ ਬਣਤਰ ਪੋਸੀਬਲ ਹੀ ਨਹੀਂ ਹੈ ਨਹੀਂ ਜੀ ਬਿਲਕੁਲ ਨਹੀਂ ਆਪਣੀਆਂ ਜੜ੍ਹਾਂ ਤੋਂ ਬੰਦਾ ਜਿਹੜਾ ਕੱਟ ਜਾਂਦਾ ਆ ਤੇ ਉਹ ਤੁਹਾਨੂੰ ਪਤਾ ਹੈ ਪੇੜ ਜ਼ਿਆਦਾ دیر ਤੱਕ ਜਿੰਦਾ ਨਹੀਂ ਰਹਿ ਸਕਦਾ ਜੀ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੋ ਆਪਾਂ ਅੰਗਰੇਜ਼ੀ ਦੇ ਖਿਲਾਫ ਨਹੀਂ ਆ ਅੰਗਰੇਜ਼ੀ ਵੀ ਬਹੁਤ ਜ਼ਰੂਰੀ ਆ ਇੰਟਰਨੈਸ਼ਨਲ ਲੈਂਗੁਏਜ ਆ ਪਰ ਆਪਣੀ ਮਾਤਰ ਭਾਸ਼ਾ ਜਿਹੜੀ ਆ ਉਹਦੇ ਤੇ ਜ਼ਿਆਦਾ ਫੋਕਸ ਹੋਣਾ ਚਾਹੀਦਾ ਆਪਣਾ ਉਹਦੇ ਤੇ ਜ਼ਿਆਦਾ ਜ਼ੋਰ ਧਿਆਨ ਦਿਓ ਤੇ ਅਧਿਆਪਕ ਹੋਣ ਦੇ ਨਾਤੇ ਤੁਸੀਂ ਇਸ ਗੱਲ ਤੇ ਇਸ ਗੱਲ ਨੂੰ ਕਿੰਨੀ ਕਿ ਤਰਜੀਹ ਦਿੰਦੇ ਹੋ ਕਿ ਮਾਤ ਭਾਸ਼ਾ ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਅੱਜ ਦੇ ਦੇਖੋ ਜੀ ਹੁਣ ਜੇ ਸੁਸਾਇਟੀ ਦਾ ਕਹਿ ਲਈਏ ਸਮਾਜ ਦੇ ਹਰ ਇੱਕ ਬੱਚਾ ਹਰ ਇੱਕ ਬੱਚੇ ਨੂੰ ਉਹਦੇ ਪੇਰੈਂਟਸ ਹੁੰਦੇ ਕਿ ਮੈਂ ਤਾਂ ਅੰਗਰੇਜ਼ੀ ਮੀਡੀਅਮ ਚ ਆਪਣੇ ਬੱਚੇ ਨੂੰ ਪੜਾਉਣਾ ਜੀ ਬਿਲਕੁਲ ਬਿਲਕੁਲ ਹਰ ਕੋਈ ਕੋਈ ਗਰੀਬ ਤੋਂ ਗਰੀਬ ਬੱਚਾ ਉਹ ਨਹੀਂ ਚਾਹੂਗਾ ਕਿ ਮੈਂ ਹਿੰਦੀ ਮੀਡੀਅਮ ਚ ਪੜਾਵਾਂ ਪੜਾਵੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰੀ ਪੱਧਰ ਤੇ ਲੈਂਗੁਏਜ ਦੇਖੀ ਜਾਂਦੀ ਉਹਦੀ ਨੌਲੇਜ ਨਹੀਂ ਦੇਖੀ ਜਾਂਦੀ ਲੈਂਗੁਏਜ ਦੇਖੀ ਇਦਾਂ ਦਾ ਕਿ ਇਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇੱਕ ਜਿੱਦਾਂ ਕਹਿੰਦੇ ਆ ਮਧੂਮੱਖੀ ਆ ਹੂੰ ਉਹਨੇ ਤਾਂ ਰਸ ਚੂਸਣਾ ਹਰ ਇੱਕ ਫੁੱਲ ਤੋਂ ਹੈ ਨਾ ਆਪਣੇ ਛੱਤੀ ਨੂੰ ਮਜ਼ਬੂਤ ਕਰੋ ਲੈਂਗੁਏਜ ਕੋਈ ਵੀ ਜੀ ਹਾਂ ਆਪਣੀ ਲੈਂਗੁਏਜ ਤੋਂ ਦੂਰ ਨਹੀਂ ਜਾਣਾ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਜਾਣਾ ਜੀ ਔਰ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿੰਨਾ ਯੋਗਦਾਨ ਸਾਡੇ ਘਰ ਪਰਿਵਾਰ ਦਾ ਸਾਡੇ ਰਹਿਣ ਸਹਣ ਦਾ ਉਹਨਾਂ ਹੀ ਟੀਚਰਸ ਦਾ ਵੀ ਹੈ ਬਿਲਕੁਲ ਆ ਜੰਦੇ ਜਾਂਦੇ ਆਪਣੇ ਕੋਲ ਕੁਝ ਹੀ ਵਕਤ ਜਿਹੜਾ ਹੈ ਕੁਝ ਹੀ ਸਮਾਂ ਜਿਹੜਾ ਬਾਕੀ ਰਹਿ ਗਿਆ ਆ ਜੰਦ ਜਾਂਦੇ ਜੇਕਰ ਤੁਸੀਂ ਕੁਝ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਇਸ ਅਧਿਆਪਕ ਦਿਵਸ ਦੇ ਮੌਕੇ ਤੇ ਖਾਸ ਤੌਰ ਤੇ ਤਾਂ ਜ਼ਰੂਰ ਦੇਖੋ ਮੈਂ ਆਪਣੀ ਨਾ ਕਵਿਤਾ ਦੇ ਜਰੀਏ ਤੁਹਾਨੂੰ ਕੁਝ ਕਹਿਣਾ ਚਾਹਾਂਗੀ ਕਿ ਗੁਰੂ ਦੇ ਪ੍ਰਤੀ ਗੁਰੂ ਕੇ ਪ੍ਰਤੀ ਜੋ શિક્ષਕ ਦਿਵਸ ਮਨਾਣ ਦਾ ਉਦੇਸ਼ ਹੈ ਹੀ ਕੀ ਹੈ ਗੁਰੂ ਦੇ ਪ੍ਰਤੀ ਸਨਮਾਨ ਜੀ 5 ਸਤੰਬਰ ਡਾਕਟਰ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ શિક્ષਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ और पूरे विश्व च भी शिक्ष गुरु के दे सम्मान दे जानकारी ले ही गुरु के महत्व में दसन ले ही विश्व च शिक्षक दिवस मनाया जा रहा है तो शिक्षक दिवस जेड़ा है मेरी कविता ही है गुरु को सम्मान दिनकर की किरण से हुई सृष्टि प्रकाशित धरा को कर दिया अन से हरा भरा गुरु के ज्ञान से हुआ जीवन आलोकित सत्यथावलोकन से कर दी पवित्र आत्मा एक शिक्षक की होती शिष्य को सीख चित्र के साथ साथ संवारे अपना चरित्र भवन से ज्यादा महत्व रखते हैं भाव दृष्टि ही नहीं हो सदैव सुंदर दृष्टिकोण गुरु तो है सागर की भांति दृढ़ अड़िग नहीं कर पाती कभी नदियां विचलित उसने तो यही संदेश है सबको दिया भौतिक साधन से श्रेष्ठ होती साधना गुरु सीख की हो छवि शिष्य में कर अनुसरण मां के सपूत कहलाए एकजुट समाज कल्याण कार्य किए देशवासियों देश सेवा के लिए डटे शिक्षक दिवस दे शिक्षक को सम्मान सर्वपल्ली डॉक्टर राधा कृष्णन को नमन और गुरु विशिष्ट आदि गुरुओं को वंदन और सभी शिक्षकों को विश्व के सभी शिक्षकों को अभिनंदन तो अंत में मैं यही कहूँगी गुरु ब्रह्मा गुरु विष्णु गुरूर्देवो महेश्वरः गुरूर् परं ब्रह्म तस्मै श्री गुरुवे नमः तस्मै श्री गुरुवे नमः ਕਿਆ ਬਾਤ ਹੈ थैंक यू सो मच मैम लवलीन मैम ਤੁਹਾਡਾ ਵੀ ਸੰਦੇਸ਼ ਅਸੀਂ ਜ਼ਰੂਰ ਲੈਣਾ ਚਾਹਾਂਗੇ ਜਾਂਦੇ ਜਾਂਦੇ ਕੁਝ ਹੀ ਪਲਾਂ ਦੇ ਵਿੱਚ ਆਪਣੇ ਕੋਲ ਵਿਦਾਇਗੀ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਗੁਰੂ ਤੋਂ ਬਿਨਾ ਗਤ ਨਹੀਂ ਗੁਰੂ ਤੋਂ ਬਿਨਾ ਆਪਾਂ ਨੂੰ ਸਹੀ ਦਿਸ਼ਾ ਦੀ ਮਿਲ ਸਕਦੀ ਜੀ ਗੁਰੂ ਤੇ ਸੜਕ ਇਸ ਤਰ੍ਹਾਂ ਦੀ ਖੁਦ ਚਾਹੇ ਉਸ ਲੈਵਲ ਤੇ ਖੜੇ ਰਹਿਣ ਪਰ ਸ਼ਿਸ਼ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਦੇਵੇ ਬਿਲਕੁਲ ਤੇ ਗੁਰੂ ਨੂੰ ਖੁਦ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਦੀਵੇ ਨੇ ਕਿਸੇ ਨੂੰ ਰੋਸ਼ਨੀ ਦੇਣੀ ਹੈ ਤਾਂ ਖੁਦ ਵੀ ਜਲਣਾ ਪਏਗਾ ਬਿਲਕੁਲ 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 ਸਰਵਪੱਖੀ ਵਿਕਾਸ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਗੁਰੂ ਜਿਹੜਾ ਹੈ ਉਹ ਸਰਵਗੁਣ ਸੰਪੰਨ ਹੋਵੇ ਅ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੀ ਸਾਥ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕੁਝ ਨਾ ਕੁਝ ਇਸ ਪ੍ਰੋਗਰਾਮ ਦੇ ਵਿੱਚੋਂ ਵੀ ਤੁਹਾਡੇ ਲਈ ਜ਼ਰੂਰ ਨਿਕਲ ਕੇ ਆਇਆ ਹੋਵੇਗਾ ਕਿਉਂਕਿ ਅਸੀਂ ਜਦੋਂ ਸਰਵਪੱਖੀ ਵਿਕਾਸ ਦੀ ਗੱਲ ਕਰਦੇ ਹਾਂ ਸਮਾਜ ਵਿੱਚ ਆਪਣੇ ਬੱਚਿਆਂ ਦੇ ਨਾਲ ਬਰਾਬਰ ਚੱਲਣ ਦੀ ਗੱਲ ਕਰਦੇ ਹਾਂ ਸਮਾਜ ਨੂੰ ਉੱਚਾ ਚੁੱਕਣ ਦੀ ਗੱਲ ਕਰਦੇ ਹਾਂ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਚਰਚਾ ਕੀਤੀ ਇਹ ਬਹੁਤ ਐਮ ਯੋਗਦਾਨ ਨਿਭਾਉਂਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ ਦੋਨਾਂ ਦਾ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ